ਸੋ ਛੋਟੇ ਛੋਟੇ ਫੈਨਸ ਆਏ ਹੋਏ ਨੇ ਜੀ ਸਿੱਧੂ ਮੂਸੇਵਾਲੇ ਦੀ ਹਵੇਲੀ ਚ, ਦੇਖ ਸਕਦੇ ਹੋ ਗੀਤ ਵੀ ਗਾਏ ਗਏ ਨੇ। ਰਾਜੀ ਕੀ ਨਾਮ ਹੈ? ਸਹਿਜੀਤ ਸਿੰਘ ਹੈ। ਠੀਕ ਹੈ, ਬੜਾ ਸੋਹਣਾ ਗਾਉਂਦੇ ਹੋ ਤੁਸੀਂ। ਹਾਂਜੀ। ਕਿਹੜੀ ਕਲਾਸ ਚ ਪੜ੍ਹਦੇ ਹੋ? ਫਸਟ। ਫਸਟ? ਹਾਂਜੀ। ਹੋਰ ਕੌਣ ਕੌਣ ਹੈ ਤੁਹਾਡੇ ਨਾਲ? ਇੱਕ ਤੋਂ ਮੇਰਾ ਚਾਚਾ ਆਇਆ, ਇੱਕ ਤੋਂ ਮੇਰੀ ਭੂਆ ਆਈ, ਇੱਕ ਭੂਆ ਦੇ ਬੱਚੇ, ਇੱਕ ਮੇਰੀ ਮੰਮਾ ਆਇਆ। ਹੈ? ਇੱਕ ਇਹ ਭੂਆ ਦੇ ਬੱਚੇ ਤੁਹਾਡੇ? ਹਾਂਜੀ। ਸਿੱਧੂ ਦੇ ਫੈਨ ਹੋ ਆ? ਸਿੱਧੂ ਬਾਈ ਦੇ? ਹਾਂਜੀ, ਮੈਂ ਆ ਸਿੱਧੂ ਦਾ ਫੈਨ। ਛੋਟਾ ਸਿੱਧੂ ਵੀ ਆ ਰਿਹਾ ਹੁਣ? ਪਤਾ ਤੁਹਾਨੂੰ? ਹਾਂਜੀ, ਛੋਟਾ ਸਿੱਧੂ ਮੂਸੇਵਾਲੇ ਵੀ ਆ ਰਿਹਾ। ਛੋਟਾ ਸਿੱਧੂ? ਹਾਂਜੀ ਹਾਂ ਹਾਂਜੀ। ਉਹ ਫੋਨ ਵਿੱਚ ਆ ਜਾਂਦੇ ਆ। ਉਹ ਕਾਕਾ ਹੋਇਆ ਛੋਟਾ ਸਿੱਧੂ। ਕਾਕਾ ਹੋਇਆ, ਕਾਕਾ ਹੋਇਆ, ਬਿਲਕੁਲ। ਸੋ ਇਹਨਾਂ ਦੇ ਫੈਮਿਲੀ ਮੈਂਬਰਸ ਨਾਲ ਵੀ ਗੱਲਬਾਤ ਕਰ ਲੈਂਦੇ ਆ, ਇੱਥੇ ਖੜੇ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਮੈਮ ਕੀ ਨਾਮ ਹੈ ਜੀ? ਦੇਖ ਸਕਦੇ ਤੁਸੀਂ ਬੱਚੇ ਜੀ ਕਿੰਨਾ ਉਤਸ਼ਾਹ ਹੈ ਨਾ। ਹਾਂਜੀ ਹਾਂਜੀ ਹਾਂਜੀ, ਬਹੁਤ ਜ਼ਿਆਦਾ ਉਤਸ਼ਾਹ ਹੈ, ਬਹੁਤ ਫੈਨ ਆਏ ਵੱਡਾ। ਹਾਂਜੀ, ਸਿੱਧੂ ਮੂਸੇਵਾਲੇ ਦਾ। ਹਾਂਜੀ ਜੀ ਹਾਂਜੀ, ਅਸੀਂ ਫਸਟ ਟਾਈਮ ਆਏ ਹਾਂ। ਕਿਸ ਤਰ੍ਹਾਂ ਦੇਖਦੇ ਮੈਮ, ਇੱਕ ਜਿਹੜੀ ਘਾਟ ਲਟਕਦੀ ਸੀ, ਹੁਣ ਮੁੜ ਤੋਂ ਦੁਬਾਰਾ ਛੋਟਾ ਸਿੱਧੂ ਆ ਗਿਆ, ਇੱਕ ਤਰ੍ਹਾਂ ਘਾਟ ਪੂਰੀ ਹੋ ਜੂਗੀ। ਹਾਂਜੀ, ਬਹੁਤ ਖੁਸ਼ੀ ਵਾਲੀ ਗੱਲ ਆ। ਐਕਚੁਅਲੀ ਮੈਂ ਕੈਨੇਡਾ ਤੋਂ ਆਈ 8 ਸਾਲ ਬਾਅਦ, ਤੇ ਮੈਂ ਫਸਟ ਟਾਈਮ ਇੱਥੇ ਵਿਜ਼ਿਟ ਕੀਤਾ। ਐਕਚੁਅਲੀ ਮੈਂ ਸੋਚ ਰਹੀ ਸੀਗੀ ਜਦੋਂ ਇੱਥੇ ਕੈਨੇਡਾ 'ਚ ਸੀਗੇ ਵੀ ਅਸੀਂ ਜਾਵਾਂਗੇ, ਵੀ ਸ਼ਾਇਦ ਉਹ ਅਸੀਂ ਉਹ ਫੀਲਿੰਗ ਨਾਲ ਸੋਚ ਰਹੇ ਸੀ ਵੀ ਸ਼ਾਇਦ ਅਸੀਂ ਅਫਸੋਸ ਕਰਨ ਜਾਵਾਂਗੇ ਉਹ ਚੀਜ਼ ਨਾਲ, ਹਨਾ, ਵੀ ਜ਼ਰੂਰ ਜਾ ਕੇ ਆਵਾਂਗੇ, ਪਰ ਸਾਨੂੰ ਇਹ ਨਹੀਂ ਪਤਾ ਸੀ ਅਸੀਂ ਐਡਾ ਵੱਡੀ ਖੁਸ਼ੀ ਦਾ ਦਿਨ ਹੋਊਗਾ, ਅਸੀਂ ਤਾਂ ਆਵਾਂਗੇ, ਹਨਾ। ਤਾਂ ਬਹੁਤ ਖੁਸ਼ੀ ਹੋਈ ਵੀ ਜਿਹੜੀ ਐਕਸਾਈਟਮੈਂਟ ਨਾਲ ਆਏ ਆ ਵੀ ਬਹੁਤ ਵਧੀਆ ਐਕਸਾਈਟਮੈਂਟ ਆ ਕਿ ਖੁਸ਼ੀ ਚ ਬਦਲ ਜਾਣੀ ਆ, ਵੀ ਉਹ ਬਹੁਤ ਵਧੀਆ ਲੱਗਿਆ ਸਾਨੂੰ। ਹਾਂਜੀ ਹਾਂਜੀ, ਦਿਲ ਚ ਸੀਗਾ ਵੀ ਅਸੀਂ ਆਉਣਾ ਏ, ਪਰ ਇਹ ਨੀ ਪਤਾ ਸੀ ਖੁਸ਼ੀ ਦੀ ਫੀਲਿੰਗ ਨਾਲ ਆਉਣਾ, ਵੀ ਸਾਨੂੰ ਅਸੀਂ ਇਹ ਸੋਚ ਰਹੇ ਸੀ ਵੀ ਉਹਦੀ ਡੈਥ ਹੋਈ ਆ, ਵੀ ਲੋਕ ਜਾ ਰਹੇ ਆ, ਵੀ ਅਸੀਂ ਵੀ ਉਹਦੇ ਫੈਨ ਆ, ਵੀ ਅਸੀਂ ਉਸ ਬੇਸ ਤੇ ਜਾਵਾਂਗੇ, ਪਰ ਅਸੀਂ ਖੁਸ਼ੀ ਨਾਲ ਆਏ ਆ, ਸਾਨੂੰ ਬਹੁਤ ਵਧੀਆ ਖੁਸ਼ੀ ਆ, ਐਕਸਾਈਟਮੈਂਟ ਨਾਲ ਆਏ ਆ ਅਸੀਂ। ਆਏ ਇੱਥੇ ਕੈਨੇਡਾ ਤੋਂ ਵਾਪਸ ਆਏ ਤਾਂ ਤੁਹਾਨੂੰ ਪਤਾ ਲੱਗਿਆ ਵੀ ਬੇਟਾ ਹੋ ਰਿਹਾ? ਹਾਂਜੀ, ਨਹੀਂ ਮੈਂ ਇੱਥੇ ਜਨਵਰੀ ਚ ਆਈ ਆ, ਤੇ ਮੈਨੂੰ ਮਾਰਚ ਚ ਪਤਾ ਲੱਗਿਆ ਕਿ ਮੇਰੇ ਹਸਬੈਂਡ ਦਾ ਫੋਨ ਆਇਆ ਸੀਗਾ ਕਿ ਕਹਿੰਦੇ ਪ੍ਰੈਗਨੈਂਟ ਆ, ਤੇ ਬਹੁਤ ਖੁਸ਼ੀ ਹੋਈ, ਫਿਰ ਮੈਂ ਕਿਹਾ ਚਲੋ ਅਸੀਂ ਖੁਸ਼ੀ ਦੇ ਬੇਸ ਤੇ ਹੀ ਜਾਵਾਂਗੇ ਇੱਕ, ਤੇ ਬਹੁਤ ਵਧੀਆ ਲੱਗਿਆ ਸਾਨੂੰ ਆ ਕੇ ਇੱਥੇ ਵੀ ਫਸਟ ਟਾਈਮ ਆਏ। ਹਾਂਜੀ, ਬਹੁਤ ਵਧੀਆ ਲੱਗਿਆ। ਹਾਂਜੀ ਹਾਂਜੀ, ਸੋ ਕੈਨੇਡਾ ਤੋਂ ਆਏ ਹੋਏ ਨੇ ਸਪੈਸ਼ਲ, ਸੋ ਇਹਨਾਂ ਦੇ ਭਤੀਜੇ ਨੇ ਇਹ, ਸੋ ਇੱਕ ਵਾਰੀ ਹੋਰ ਸੁਣਾ ਦੋਗੇ ਗੀਤ ਆਹੀ ਜਿਹੜਾ ਗਾਇਆ ਸੀ? ਓ ਬੀਬੀ ਮੈਂ ਤੁਮਹਾਰੀ ਦਾਤਨ ਜੀਰੋ ਮੈਂ ਅੱਠ ਬੱਲੀਏ, ਓ ਤੱਕਾ ਵਿੱਚ ਮੈਂ ਕਿਆ ਖੋਰੂ ਪੋਦਾ ਯਤ ਬੱਲੀਏ। ਲੋ ਜੀ ਇੱਕ ਵਾਰੀ ਫਿਰ ਥਾਪੀ ਮਾਰ ਦੋ ਫਿਰ ਤੁਸੀਂ। ਸੋ ਦੇਖ ਸਕਦੇ ਹੋ ਤਸਵੀਰਾਂ ਸਿੱਧੂ ਬਾਈ ਦੀ ਹਵੇਲੀ ਦੀਆਂ, ਹੋਰ ਵੀ ਦਿਖਾਉਂਦੇ ਰਹਾਂਗੇ। ਮੇਰੇ ਸਹਿਯੋਗੀ ਗੁਰਪ੍ਰੀਤ ਸਿੰਘ ਦਾ ਨਾਮ ਹੈ ਰਾਜੀ ਸ਼ਰਮਾ, ਡੇਲੀ ਪੋਸਟ ਪੰਜਾਬੀ।